ਪੱਛਮੀ ਉੱਤਰ ਪ੍ਰਦੇਸ਼ ਦਾ ਸਹਾਰਨਪੁਰ ਜ਼ਿਲ੍ਹਾ ਮੁੜ ਹਿੰਸਾ ਦੀ ਲਪੇਟ ਵਿੱਚ ਆ ਗਿਆ, ਜਿੱਥੇ ਦਲਿਤ ਭਾਈਚਾਰੇ ਦੇ ਕਾਰਕੁਨਾਂ ਨੇ ਜ਼ਿਲ੍ਹੇ ਦੇ 4 ਚੌਂਕਾਂ ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਦਰਜਨਾਂ ਮੋਟਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਤੇ ਵੀ ਭਾਰੀ ਪਥਰਾਅ ਕੀਤਾ ਗਿਆ। ਲੋਕਾਂ ਦੇ ਗੁੱਸੇ ਦਾ ਆਲਮ ਇਹ ਸੀ ਕਿ ਮੌਕੇ ਤੇ ਪਹੁੰਚੇ COCT ਨੂੰ ਦੌੜ ਕੇ ਆਪਣੀ ਜਾਨ ਬਚਾਉਣੀ ਪਈ। SSP ਸਮੇਤ ਚੋਟੀ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਹਾਲਾਤ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਸਹਾਰਨਪੁਰ ਦੇ ਬੜਗਾਓ ਵਿਖੇ ਮਹਾਰਾਣਾ ਪ੍ਰਤਾਪ ਦੀ ਜਯੰਤੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢਣ ਨੂੰ ਲੈ ਕੇ ਹਾਲਾਤ ਖਰਾਬ ਹੋ ਗਏ ਸਨ। ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ। ਇਹਨਾਂ ਘਟਨਾਵਾਂ ਸੰਬੰਧੀ ਇੱਕ ਭਾਈਚਾਰੇ ਨੇ ਪੰਚਾਇਤ ਸੱਦੀ ਸੀ, ਜਿਸ ਬਾਰੇ ਪ੍ਰਸ਼ਾਸਨ ਨੇ ਆਗਿਆ ਦੇ ਦਿੱਤੀ ਸੀ। ਉਸ ਪਿੱਛੋਂ ਭੀਮ ਆਰਮੀ ਅਤੇ ਹੋਰਨਾਂ ਦਲਿਤ ਸੰਗਠਨਾਂ ਨੇ ਥਾਣਾ ਸਦਰ ਬਾਜ਼ਾਰ ਦੀ ਮੱਲੀਪੁਰ ਰੋਡ ਅਤੇ ਚਿਤਾਵਾਂ ਦੇ ਹਲਾਲਪੁਰ ਵਿਖੇ ਜਾਮ ਲਗਾ ਦਿੱਤਾ। ਦੋ ਬਾਈਕਾਂ ਨੂੰ ਸਾੜ ਦਿੱਤਾ ਗਿਆ। ਜਾਮ ਹਟਾਉਣ ਲਈ ਪਹੁੰਚੀ ਪੁਲਿਸ ਤੇ ਵਿਖਾਵਾਕਾਰੀਆਂ ਨੇ ਹਮਲਾ ਬੋਲਤਾ।